ਗੁਣ ਗਾਇਨ ਕਰਨ ਵਾਸਤੇ ਜੁੜੇ ਹਾਂ ਉਸ ਪਿਆਰੇ ਦੇ ਪਿਆਰ ਵਿੱਚ ਭਿੱਜ ਕੇ ਉਸ ਪਿਆਰੇ ਦੇ ਪਿਆਰ ਵਿੱਚ ਭਿੱਜ ਕੇ ਮਾਲਕ ਦੇ ਗੁਣ ਗਾਇਨ ਕਰਨ ਵਾਸਤੇ ਜੁੜੇ ਹਾਂ ਜਿੱਥੇ ਬਾਬਾ ਜੀ ਦੀ ਬਖਸ਼ਿਸ਼ ਰਹਿਮਤ ਹਾਸਲ ਕਰ ਰਹੇ ਹਾਂ ਇਹ ਮਹਾਨ ਯੱਗ ਜੋ ਬਾਬਾ ਜੀ ਨੇ ਮਰਜ਼ਾਦਾ ਬੰਨੀ ਤੁਕ ਤੁਕ ਵਾਲੇ ਸੰਪਟ ਅਖੰਡ ਜਾਪ ਏਡਾ ਤਪ ਇਤਨੇ ਦਿਨ ਸੇਵਾ ਸਿਮਰਨ ਜੋ ਤੱਕ ਰਹੇ ਹੋ ਇਹੋ ਜਿਹੇ ਜੱਗ ਕੋਈ ਮਹਾਂਪੁਰਸ਼ ਕਰਵਾ ਸਕਦੇ ਹਨ ਆਮ ਮਨੁੱਖ ਤੇ ਕਰਵਾ ਹੀ ਨਹੀਂ ਸਕਦਾ ਆਮ ਮਨੁੱਖ ਤੇ ਅਖੰਡ ਜਾਪ ਕਰਨਾ ਹੋਵੇ ਤੇ ਬਹੁਤ ਔਖਾ ਹੋ ਜਾਂਦਾ ਫਿਰ ਸੰਪਟ ਪਾਠ ਫਿਰ ਤੁਕ ਤੁਕ ਵਾਲੇ ਸੰਪਟ ਖੰਡ ਜਾਪ ਇਹ ਤੇ ਬਾਬਾ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਹਨ ਜੋ ਮਹਾਨ ਸੇਵਾ ਆਪ ਜੀ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਔਰ ਸੱਚ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾ ਲੈ ਜਦੋਂ ਚਿਤ ਲਾ ਕੇ ਗੁਰੂ ਦਾ ਸਿੱਖ ਸੇਵਾ ਕਰਦਾ ਸੇਵਾ ਵਿਅਰਥ ਨਹੀਂ ਜਾਂਦੀ ਸੇਵਾ ਦਾ ਬੀਜ ਬੋਇਆ ਕਦੇ ਨਿਫਲ ਨਹੀਂ ਜਾਂਦਾ ਸਮਾਂ ਲੱਗ ਜਾਂਦਾ ਪਰ ਇੱਕ ਦਿਨ ਪ੍ਰਫੁੱਲਤ ਹੋ ਜਾਂਦਾ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਜਦੋਂ ਬਾਗਾ ਪਿੰਡ ਪਾਕਿਸਤਾਨ ਦੀ ਧਰਤੀ ਮੁਬਾਰਕ ਚਰਨ ਪਾਏ ਦੀਵਾਨ ਸਜੇ ਸੰਗਤਾਂ ਨੇ ਅਥਾਹ ਸੇਵਾ ਕੀਤੀ ਤਨ ਕਰਕੇ ਮਨ ਕਰਕੇ ਦਿਨ ਰਾਤ ਸੰਗਤਾਂ ਦੀ ਸੇਵਾ ਤੇ ਜਦੋਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨੇ ਤੱਕਿਆ ਏਡਾ ਪਿਆਰ ਏਡੀ ਸੇਵਾ ਤੇ ਬਾਬਾ ਜੀ ਬਚਨ ਕਰਦਿਆਂ ਕਰਦਿਆਂ ਬਾਬਾ ਜੀ ਦੇ ਮੁੱਖ ਵਿੱਚੋਂ ਇੱਕ ਬਚਨ ਨਿਕਲ ਗਿਆ ਬਾਗਾਂ ਵਾਲੇ ਭਾਗਾਂ ਵਾਲੇ ਬਾਗਾਂ ਵਾਲੇ ਭਾਗਾਂ ਵਾਲੇ ਇਹ ਜਦੋਂ ਬਚਨ ਨਿਕਲਿਆ ਤੇ ਦੂਸਰੇ ਦਿਨ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦਾਸ ਦੇ ਪਿਤਾ ਜੀ ਉਦੋਂ ਹਜ਼ੂਰੀ ਸੇਵਾ ਵਿੱਚ ਸਨ ਤੇ ਬੁਲਾਇਆ ਕਹਿਣ ਲੱਗੇ ਉੱਤਮ ਇਹ ਬਾਗਾਂ ਪਿੰਡ ਵਾਲੇ ਤੇ ਸਾਰੇ ਭਾਗਾਂ ਵਾਲੇ ਬਣ ਗਏ ਪਰ ਬਾਗਾਂ ਪਿੰਡ ਵਿੱਚ ਰਹਿਣ ਵਾਲਾ ਇੱਕ ਫਲਾਣਾ ਵਪਾਰੀ ਹੈ ਉਹ ਨਿਭਾਗਾ ਹੈ ਜਾ ਉਹਦੇ ਕੋਲ ਜਾ ਤੇ ਕਹਿ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਾਸਤੇ ਅਸੀਂ ਕਮਰਾ ਤਿਆਰ ਕੀਤਾ ਸੱਚਖੰਡ ਬਣਾਇਆ ਤੇ ਕੁਝ ਸੇਵਾ ਤੇਰੀ ਜੇ ਇਸ ਕਮਰੇ ਦੇ ਅੰਦਰ ਤੂੰ ਸੇਵਾ ਵਜੋਂ ਕਲੀ ਕਰਵਾ ਦੇਵੇਂ ਤੇਰਾ ਜਨਮ ਸਫਲ ਹੋ ਜਾਵੇਗਾ ਤੇਰੀ ਸੇਵਾ ਲੇਖੇ ਵਿੱਚ ਲੱਗ ਜਾਵੇਗੀ ਜਦੋਂ ਸਾਡੇ ਦਾਦਾ ਜੀ ਗਏ ਉਸ ਵਪਾਰੀ ਦੇ ਕੋਲ ਤੇ ਅੱਗੋਂ ਕਹਿਣ ਲੱਗਾ ਇਹ ਮਹਾਂਪੁਰਸ਼ਾਂ ਨੇ ਮੇਰੇ ਕੋਲ ਹੀ ਭੇਜਣਾ ਸੀ ਸੇਵਾ ਵਾਸਤੇ ਥੋੜੇ ਬਾਗਾਂ ਵਿੱਚ ਪਿੰਡ ਵਿੱਚ ਰਹਿਣ ਵਾਲੇ ਹਨ ਜਿਹਦੇ ਕੋਲ ਮਰਜ਼ੀ ਸੇਵਾ ਲੈ ਲੈਣ ਮੇਰੇ ਕੋਲੋਂ ਪਰ ਕੀ ਪਤਾ ਸੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਚਾਹੁੰਦੇ ਸਨ ਕਿ ਇਸ ਪਿੰਡ ਵਿੱਚ ਹਰ ਮਨੁੱਖ ਰਹਿਣ ਵਾਲਾ ਭਾਗਾਂ ਵਾਲਾ ਬਣ ਜਾਵੇ ਕਿਉਂਕਿ ਉਸ ਮਨੁੱਖ ਨੂੰ ਇੱਕ ਸਰਾਪ ਹੋਇਆ ਸੀ ਧੰਨ ਧੰਨ ਬਾਬਾ ਸਾਹਿਬ ਸਿੰਘ ਜੀ ਦੀ ਗੁਰੂ ਨਾਨਕ ਦੀ ਅੰਸ਼ ਬੰਸ਼ ਬੇਦੀ ਸਾਹਿਬ ਬਾਬਾ ਦਵਿੰਦਰ ਸਿੰਘ ਜੀ ਬੇਦੀ ਤਿੰਨਾਂ ਨੇ ਇੱਕ ਸਰਾਪ ਦਿੱਤਾ ਸੀ ਉਸ ਵਪਾਰੀ ਨੂੰ ਕਿ ਜਾ ਤੇਰਾ ਸਤਿਆ ਨਾਸ ਹੋ ਜਾਵੇ ਕਿਉਂਕਿ ਕੁਝ ਬੋਲ ਕਬੂਲ ਬੋਲ ਬੈਠਾ ਸੀ ਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਬੰਦਗੀ ਕਰਨ ਵਾਲੇ ਘੱਟ ਘੱਟ ਦੇ ਜਾਣਨਹਾਰ ਜਾਣਦੇ ਸਨ ਕਿ ਇਸ ਪਿੰਡ ਵਿੱਚ ਇਹ ਮਨੁੱਖ ਨੂੰ ਸਰਾਪ ਹੋਇਆ ਤੇ ਸਾਡੇ ਮੁੱਖ ਵਿੱਚੋਂ ਨਿਕਲ ਗਿਆ ਬਾਗਾਂ ਵਾਲੇ ਭਾਗਾਂ ਵਾਲੇ ਇਹ ਨਾ ਹੋਵੇ ਕਿ ਇਹ ਇੱਕ ਮਨੁੱਖ ਦੇ ਬਦਲੇ ਨਿਭਾਗਾ ਪਿੰਡ ਕਿਹਾ ਜਾਵੇ ਇੱਕ ਮਨੁੱਖ ਨਿਭਾਗਾ ਸਾਰਾ ਪਿੰਡ ਭਾਗਾਂ ਵਾਲਾ ਇਸ ਵਾਸਤੇ ਬਾਬਾ ਜੀ ਨੇ ਕਿਹਾ ਤੇਰੀ ਸੇਵਾ ਸਫਲੀ ਹੋ ਜਾਵੇ ਪਰ ਉਸਨੇ ਸੇਵਾ ਨਹੀਂ ਕੀਤੀ ਤੇ ਬਾਬਾ ਜੀ ਨੂੰ ਜਦੋਂ ਦਾ ਦਾਸ ਦੇ ਦਾਦਾ ਜੀ ਨੇ ਆ ਕੇ ਬੇਨਤੀ ਕੀਤੀ ਬਾਬਾ ਜੀ ਉਹਨੇ ਤੇ ਇਹ ਬਚਨ ਕਹਿ ਦਿੱਤਾ ਹੈ ਬਾਬਾ ਜੀ ਕਹਿਣ ਲੱਗੇ ਅੱਛਾ ਅਸੀਂ ਚਾਹੁੰਦੇ ਸਾਂ ਸਾਰਾ ਪਿੰਡ ਭਾਗਾਂ ਵਾਲਾ ਬਣ ਜਾਂਦਾ ਪਰ ਉਹ ਨਿਭਾਗਾ ਨਿਭਾਗਾ ਹੀ ਰਹਿ ਗਿਆ
ਅੱਜ ਵੀ ਕਿਤੇ ਇਤਿਹਾਸ ਪੜ੍ਹੀਏ ਉਹ ਪਰਿਵਾਰ ਫਿਰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਤਿੰਨਾਂ ਦੇ ਚਰਨਾਂ ਵਿੱਚ ਆ ਬੇਨਤੀਆਂ ਕੀਤੀਆਂ ਕਿ ਬਾਬਾ ਜੀ ਸਾਡਾ ਤੇ ਘਰ ਉੱਜੜ ਰਿਹਾ, ਸਾਡਾ ਘਰ ਹੀ ਸਾਰਾ ਉੱਜੜ ਰਿਹਾ ਹੈ, ਕਿਰਪਾ ਕਰੋ। ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਫਿਰ ਆਪ ਕਿਰਪਾ ਕਰਕੇ ਸੇਵਾ ਵਿੱਚ ਲਾਇਆ, ਕਿਉਂਕਿ ਸੇਵਾ ਬੜੀ ਮਹਾਨ ਹੈ। ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ, ਜਿਨ੍ਹਾਂ ਨੇ ਫਿਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਇਸ ਦਰ ਦੀ ਸੇਵਾ, ਆ ਮਹਾਂਪੁਰਸ਼ ਬੈਠੇ ਹਨ, ਸੰਤ ਬਾਬਾ ਜਗੀਰ ਸਿੰਘ ਜੀ ਦਾਸ ਨੇ ਤੇ ਅੱਖਾਂ ਨਾਲ ਤੱਕਿਆ ਹੈ, ਜਦੋਂ ਅੰਦਰ ਜਿੱਥੇ ਬਾਬਾ ਜੀ ਦਾ ਆਸਨ, ਸੇਵਾ ਕਰਨੀ, ਥਾਲ ਦੀ ਸੇਵਾ ਕਰਨੀ, ਇਹ ਸਿਰ ਤੇ ਸੇਵਾ, ਮਹਾਨ ਸੇਵਾ ਦਾ ਕੁੰਭ ਰੱਖਿਆ ਸੀ, ਅੱਜ ਵੀ ਉਸੇ ਤਰ੍ਹਾਂ ਸੇਵਾ ਕਰ ਰਹੇ। ਪਰ ਆਓ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ। ਜਿਨ੍ਹਾਂ ਸੇਵਾ ਕੀਤੀ, ਲੋਕ ਵਿੱਚ ਵੀ ਜੈ ਜੈਕਾਰ, ਪਰਲੋਕ ਵਿੱਚ ਵੀ ਜੈ ਜੈਕਾਰ, ਸੰਸਾਰ ਵਿੱਚ ਵੀ ਮਾਣ, ਦਰਗਾਹ ਵਿੱਚ ਵੀ ਮਾਣ। ਕਿਹਨਾਂ ਨੂੰ? ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ। ਜਿਨ ਸੇਵਿਆ ਤਿਨ ਪਾਇਆ ਮਾਂ, ਪਾਇਆ ਮਾਂ। ਜਿਨ ਸੇਵਿਆ ਤਿਨ ਪਾਇਆ,
ਜਿਨ ਸੇਵਿਆ ਤਿਨ ਪਾਇਆ ਮਾਣ। ਨਾਨਕ ਗਾਵੀਐ ਗੁਣੀ ਨਿਧਾਨ, ਜਿਨ੍ਹਾਂ ਨੇ ਗਾਵਿਆ ਜਿਨ੍ਹਾਂ ਨੇ ਗੁਰੂ ਨਾਨਕ ਦੇ ਗੁਣ ਵਰਣਨ ਕੀਤੇ, ਜਿਨ੍ਹਾਂ ਨੇ ਪਿਆਰ ਕੀਤਾ, ਜਿਹੜੇ ਨਿਸ਼ਾਵਰ ਹੋ ਗਏ ਮਾਲਕ ਤੋਂ ਵਾਰੀ ਚਲੇ ਗਏ, ਉਹਨਾਂ ਦੀ ਗਾਥਾ ਬਾਣੀ ਵਿੱਚ ਸਤਿਗੁਰੂ ਬਚਨ ਕਹਿੰਦੇ, ਜਿਨ ਸੇਵਿਆ ਤਿਨ ਪਾਇਆ ਮਾਣ। ਗੁਰੂ ਨਾਨਕ ਦਾ ਘਰ ਹੈ, ਮਾਣ ਨਾਲ ਝੋਲੀਆਂ ਭਰ ਜਾਂਦੀਆਂ, ਪਰ ਇਹ ਮਾਣ ਕਿਹੜਾ ਕਿਹੜਾ ਮਾਣ ਹੈ ਜਿਸ ਮਾਣ ਨਾਲ ਅੱਜ ਝੋਲੀਆਂ ਬਾਬਾ ਜੀ ਦੇ ਦਰ ਤੇ ਬੈਠੇ ਹਾਂ। ਆ ਪਿਆਰ ਵਾਲੀਆਂ ਰੂਹਾਂ ਸਦਕੇ ਜਾਂਦੀਆਂ ਹਨ, ਵਾਰੀ ਜਾਂਦੀਆਂ ਹਨ। ਜਦੋਂ ਘਰੋਂ ਤੁਰਨਾ ਬਸ ਸਜਦੇ ਕਰਦੇ ਆਉਣਾ, ਨਮਸਕਾਰਾਂ ਕਰਨੀਆਂ ਕਿਸ ਚੀਜ਼, ਜਿਹੜੇ ਨਾਮ ਜਪਦੇ ਹਨ, ਜਿਹੜੇ ਬੰਦਗੀ ਕਰਦੇ ਹਨ, ਜਿਨ ਸਤਿਗੁਰ ਪੂਜੇ ਹੈ ਉਹਨਾਂ ਦੀ ਕਿਉਂ ਨੀ ਪੂਜਾ ਹੁੰਦੀ। ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾ। ਬਸ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਰਜਾਇਆ, ਜਿਨ੍ਹਾਂ ਸੇਵਾ ਕੀਤੀ, ਅੱਜ ਪੂਜਾ ਹੁੰਦੀ, ਅੱਜ ਨਮਸਕਾਰਾਂ ਮਾਣ ਮਿਲਦਾ, ਘਰ ਗੁਰੂ ਨਾਨਕ ਦਾ ਹੈ। ਆਓ ਭਾਗਾਂ ਵਾਲੇ ਹਾਂ, ਜਿੱਥੇ ਬਾਬਾ ਜੀ ਦੀ ਬਖਸ਼ਿਸ਼ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੋਦ ਵਿੱਚ ਬੈਠ ਕੇ ਗੀਤ ਗਾ ਰਹੇ, ਉੱਥੇ ਮਹਾਂਪੁਰਸ਼ਾਂ ਦੀਆਂ ਬਖਸ਼ਿਸ਼ਾਂ ਸੰਤ ਬਾਬਾ ਜਗੀਰ ਸਿੰਘ ਜੀ ਅਤੇ ਖਾਸ ਕਰਕੇ ਸੰਤ ਬਾਬਾ ਧੰਨਾ ਸਿੰਘ ਜੀ, ਜੋ ਹਮੇਸ਼ਾ ਹੀ ਭਾਵੇਂ ਅੱਜ ਦਾਸ ਦੇ ਦੋਨੋਂ ਬੱਚੇ ਬਾਹਰ ਦਿੱਲੀ ਗਏ ਹਨ, ਪਰ ਜਦੋਂ ਕੰਨਾਂ ਵਿੱਚ ਆਵਾਜ਼ ਪਈ ਅੱਜ ਸਮਾਗਮ ਹੈ, ਤੋ ਮਨ ਵਿੱਚ ਇਹ ਹਾਜ਼ਰੀ ਕਿ ਬਾਬਾ ਜੀ ਦੇ ਦਰ ਤੇ ਹਾਜ਼ਰੀ, ਪਿਛਲੀ ਵਾਰ ਵੀ ਹਾਜ਼ਰੀ ਭਰੀ ਸੀ ਭਾਵੇਂ ਬਰਸਾਤ ਸੀ, ਪਰ ਅੱਜ ਮਾਲਕ ਨੇ ਫਿਰ ਕਿਰਪਾ ਕੀਤੀ, ਆਪ ਜੀ ਦੇ ਦਰ ਦੀ ਹਾਜ਼ਰੀ ਭਰੀ ਹੈ। ਭਾਵੇਂ ਸਾਥੀਆਂ ਨੂੰ ਨਾਲ ਲਿਆ, ਦੋਨਾਂ ਬੱਚਿਆਂ ਨੂੰ ਬੇਨਤੀ ਕੀਤੀ ਵੀ ਜਾਣਾ ਹੈ, ਇਹ ਵੀ ਬਾਬਾ ਜੀ ਦੇ ਘਰ ਦੇ ਸੇਵਾਦਾਰ ਹਨ, ਹਾਜ਼ਰੀ ਭਰਨ ਪਹੁੰਚੇ ਹਾਂ, ਇੰਨੀ ਕੁ ਸੇਵਾ ਪ੍ਰਵਾਨ ਕਰ ਲੈਣਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰ ਲਈਏ। ਅਸੀਸ ਬਖਸ਼ੋ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।